ਫਰਵਰੀ ਦਾ ਮਹੀਨਾ ਹੈ, ਠੰਡ ਦਾ ਮੌਸਮ ਜਾਣ ਲਈ ਤਿਆਰ ਹੈ। ਅਬੋਹਰ ਦੀ ਜੰਗਲੀ ਜੀਵਾਂ ਦੀ ਇਸ ਰੱਖ ਵਿੱਚ ਇਹ ਕਾਲਾ ਹਿਰਨ ਆਪਣੇ ਦਿਨ ਦੀ ਸ਼ੁਰੂਆਤ ਕਰ ਰਿਹਾ ਹੈ। ਇਸ ਕਾਲੇ ਹਿਰਨ ਦਾ ਇੱਕੋ ਮਕਸਦ ਹੈ, ਜ਼ਿੰਦਾ ਰਹਿਣਾ। ਸੁੱਕੀ ਠੰਡ ਪੈਣ ਦੇ ਬਾਅਦ ਥੋੜ੍ਹੀ ਹਰੀ ਘਾਹ ਦੇਖਣ ਲਈ ਮਿਲੀ ਹੈ, ਇਹੋ ਇਸ ਕਾਲੇ ਹਿਰਨ ਦਾ ਮਕਸਦ ਪੂਰਾ ਕਰ ਸਕਦੀ ਹੈ। ਪਰ ਇਹ ਇਕੱਲਾ ਨਹੀਂ ਜੋ ਭੁੱਖਾ ਹੈ, ਇਸ ਦੇ ਬਾਕੀ ਸਾਥੀ ਵੀ ਆ ਗਏ ਨੇ। ਜ਼ਿੰਦਾ ਤਾਂ ਸਾਰਿਆਂ ਨੂੰ ਰਹਿਣਾ ਹੈ,